ਮੋਦੀ ਹਕੂਮਤ ਮੁਰਦਾਬਾਦ। ਕਿਸਾਨਾਂ ਤੇ ਜ਼ਬਰ ਕਰਨਾ ਬੰਦ ਕਰੋ, ਕਿਸਾਨਾਂ ਤੇ ਜ਼ਬਰ ਕਰਨਾ ਬੰਦ ਕਰੋ। ਜ਼ਬਰ ਕਰਨ ਵਾਲੀਆਂ ਸਰਕਾਰਾਂ ਮੁਰਦਾਬਾਦ। ਦਿੱਲੀ ਮੋਰਚੇ ਦੀਆਂ ਰਹਿੰਦੀਆਂ ਮੰਗਾਂ ਦਾ ਲਾਗੂ ਕਰੋ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਅੱਜ ਪੂਰੇ ਪੰਜਾਬ ਭਰ ਵਿੱਚ ਭਾਜਪਾ ਆਗੂਆਂ ਦੀ ਕੋਠੀ ਦਾ ਘਰੋ ਕਰਨ ਦਾ ਐਲਾਨ ਕੀਤਾ ਗਿਆ ਸੀ। ਉਸ ਨੂੰ ਲੈ ਕੇ ਦਿਖਾਵਾਂਗੇ ਅੱਜ ਬਰਨਾਲਾ ਵਿੱਚ ਕੇਵਲ ਸਿੰਘ ਢਿੱਲੋਂ ਜੋ ਭਾਜਪਾ ਦੇ ਸੀਨੀਅਰ ਆਗੂ ਨੇ ਉਹਨਾਂ ਦੇ ਕੋਠੀ ਦਾ ਘਰੋ ਕੀਤਾ ਗਿਆ ਹੈ। ਇਸੇ ਤਰ੍ਹਾਂ ਪੂਰੇ ਪੰਜਾਬ ਭਰ ਵਿੱਚ ਤਿੰਨ ਜਿਹੜੇ ਸੀਨੀਅਰ ਆਗੂ ਨੇ ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ ਤੇ ਕੇਵਲ ਸਿੰਘ ਢਿੱਲੋਂ ਤਿੰਨੋਂ ਦੇ ਅੱਜ ਕੋਠੀਆਂ ਦਾ ਘਰੋ ਕੀਤਾ ਗਿਆ ਪੂਰੇ ਪੰਜਾਬ ਭਰ ਵਿੱਚ। ਉਹ ਦੂਜੇ ਪਾਸੇ ਜਿਹੜੇ ਟੋਲ ਨੇ ਉਹ ਫ੍ਰੀ ਕਰ ਦਿੱਤੇ ਗਏ ਨੇ। ਉੱਥੇ ਦਿਖਾਵਾਂਗੇ ਅੱਜ ਬਰਨਾਲਾ ਕੇਵਲ ਸਿੰਘ ਢਿੱਲੋਂ ਦੀ ਕੋਠੀ ਦੇ ਬਾਹਰ ਜਿੱਥੇ ਮਹਿਲਾਵਾਂ ਪਹੁੰਚੀਆਂ ਨੇ, ਕਿਸਾਨ ਪਹੁੰਚੇ ਨੇ, ਇਹ ਬਰਨਾਲਾ ਤੇ ਮਾਨਸਾ ਜ਼ਿਲ੍ਹੇ ਤੋਂ ਵੀ ਕਿਸਾਨ ਇੱਥੇ ਪਹੁੰਚੇ ਨੇ ਤੇ ਸੀਨੀਅਰ ਆਗੂ ਪਹੁੰਚੇ ਨੇ। ਉਹਨਾਂ ਦਾ ਕਹਿਣਾ ਕਿ ਜਿਹੜਾ ਇਹ ਧਰਨਾ ਪ੍ਰਦਰਸ਼ਨ 2 ਦਿਨਾਂ ਵਾਸਤੇ ਐਲਾਨ ਕੀਤਾ ਗਿਆ ਸੀ। ਜਿਹੜਾ ਜਿਹੜਾ ਕਿਸਾਨਾਂ ਤੇ ਲਾਠੀ ਚਾਰਜ ਆਥਰੂ ਗੈਸ ਦੇ ਗੋਲੇ ਛੱਡੇ ਗਏ ਨੇ ਉਸਦੇ ਵਿਰੋਧ ਵਿੱਚ, ਜਿੱਥੇ ਕੱਲ੍ਹ ਪੂਰੇ ਪੰਜਾਬ ਭਾਰਤ ਬੰਦ ਦਾ ਐਲਾਨ ਕੀਤਾ ਸੀ, ਉੱਥੇ ਉਸ ਨੂੰ ਦੇਖ ਕੇ ਅੱਜ ਇਹ ਐਲਾਨ ਕੀਤਾ ਗਿਆ ਸੀ ਕਿ 2 ਦਿਨ ਭਾਜਪਾ ਆਗੂਆਂ ਦੀ ਕੋਠੀ ਦਾ ਘਰੋ ਕੀਤਾ ਜਾਊਗਾ। ਸਾਨੂੰ ਕਿਸਾਨ ਜਥੇਬੰਦੀ ਆਗੂ ਨੇ ਉਹਨਾਂ ਨਾਲ ਵੀ ਗੱਲ ਕਰਦੇ ਆ। ਕੀ ਨਾਮ ਤੁਹਾਡਾ? ਜਗਸੀਰ ਸਿੰਘ ਜਵਾਰਕੇ, ਮਾਨਸਾ ਬਲਾਕ ਦਾ ਪ੍ਰਧਾਨ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ। ਜਗਸੀਰ ਸਿੰਘ ਜੀ, ਜਿਹੜਾ ਅੱਜ ਦਾ ਇਹ ਕਿਸ ਲੈਵਲ ਤੇ ਪ੍ਰਦਰਸ਼ਨ ਰੱਖਿਆ ਗਿਆ ਤੇ ਕਿੰਨੇ ਟਾਈਮ ਵਾਸਤੇ ਤੇ ਕਿੱਥੇ ਕਿੱਥੇ ਰੱਖਿਆ ਗਿਆ? ਇਹ ਜਿਹੜਾ ਪ੍ਰਦਰਸ਼ਨ ਹੈ, ਬੀਜੇਪੀ ਦੇ ਜਿਹੜੇ 3 ਸੀਨੀਅਰ ਲੀਡਰ ਨੇ ਬਰਨਾਲੇ ਦੇ ਵਿੱਚ ਕੇਵਲ ਢਿੱਲੋਂ, ਪਟਿਆਲੇ ਦੇ ਵਿੱਚ ਸਾਬਕਾ ਮੁੱਖ ਮੰਤਰੀ ਅਮਰਿੰਦਰ, ਤੇ ਜਿਹੜਾ ਬੀਜੇਪੀ ਦਾ ਪੰਜਾਬ ਦਾ ਪ੍ਰਧਾਨ ਹੈ ਸੁਨੀਲ ਜਾਖੜ, ਤਿੰਨਾਂ ਦੇ ਵਾਰਾਂ ਦੇ ਵਿੱਚ ਪੂਰੇ ਜਿਹੜੇ ਪੰਜਾਬ ਦੇ ਟੋਲ ਪਲਾਜ਼ੇ ਨੇ ਉਹ ਅਸੀਂ ਫਰੀ ਕੀਤੇ ਨੇ। ਕਿਉਂਕਿ ਜਿਹੜੇ ਸਾਡੇ ਕਿਸਾਨ ਭਰਾ 13 ਤਰੀਕ ਨੂੰ ਆਪਣੀਆਂ ਹੱਥੀ ਮੰਗਾਂ ਨੂੰ ਲੈ ਕੇ, ਜੋ ਕਿ ਸਾਡੀਆਂ ਵੀ ਉਹ ਸਾਂਝੀਆਂ ਮੰਗਾਂ ਨੇ, ਅਸੀਂ ਵੀ ਬਕਾਇਦਾ ਉਹਨਾਂ 'ਤੇ ਲੜ ਰਹੇ ਹਾਂ, ਉਹਨਾਂ 'ਤੇ ਜੋ ਬੀਜੇਪੀ ਦੀ ਸਰਕਾਰ ਨੇ, ਚਾਹੇ ਖੱਟਰ ਹੈ ਚਾਹੇ ਮੋਦੀ ਹੈ, ਉਹਨਾਂ ਨੇ ਤਸ਼ੱਦਦ ਕੀਤਾ, ਉਹਨਾਂ 'ਤੇ ਲਾਠੀਚਾਰਜ ਕੀਤਾ, ਉਹਨਾਂ ਦੇ ਹੱਕ ਦੇ ਵਿੱਚ, ਕਿਸਾਨਾਂ ਦੇ ਹੱਕ ਦੇ ਵਿੱਚ ਅਤੇ ਮੋਦੀ ਸਰਕਾਰ ਦੇ ਵਿਰੋਧ ਦੇ ਵਿੱਚ। ਇਹ ਅਸੀਂ ਬੀਜੇਪੀ ਦੇ 3 ਲੀਡਰਾਂ ਦਾ ਪੰਜਾਬ ਦੇ ਵਿੱਚ ਘਰਾਓ ਕੀਤਾ। ਕੱਲ੍ਹ ਨੂੰ 18 ਤਰੀਕ ਨੂੰ ਸਾਡੀ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੈ, ਸਾਡੀ ਜਥੇਬੰਦੀ ਵੀਕੇ ਉਗਰਾਹਾਂ ਸੰਯੁਕਤ ਮੋਰਚੇ ਦਾ ਹਿੱਸਾ ਹੈ। ਕੱਲ੍ਹ ਨੂੰ ਸ਼ਾਮ ਨੂੰ ਜੇ ਕੋਈ ਅਗਲਾ ਪ੍ਰੋਗਰਾਮ ਸੰਯੁਕਤ ਮੋਰਚਾ ਦਿੰਦਾ ਉਹਨੂੰ ਅਸੀਂ ਲਾਗੂ ਕਰਾਂਗੇ। ਅੱਜ ਅਸੀਂ ਅੱਜ, ਕੱਲ੍ਹ ਅਤੇ ਰਾਤ ਨੂੰ ਇੱਥੇ, ਸ਼ਾਮ ਤੱਕ ਇੱਥੇ ਹੀ ਹਾਂ। ਕੀ ਨਾਮ ਹੈ ਤੁਹਾਡਾ ਜੀ? ਜਗਰਾਜ ਸਿੰਘ, ਮਾਨਸਾ ਬਲਾਕ ਆਗੂ ਮਾਨਸਾ। ਜਗਰਾਜ ਸਿੰਘ ਜੀ, ਕੀ ਲੱਗਦਾ ਹੈ ਕਿ ਕਿਵੇਂ ਹੱਲ ਹੋਵੇ ਮਸਲਾ? ਇੱਕ ਪਾਸੇ ਭਾਰਤ ਬੰਦ ਵੀ ਹੋਇਆ, ਰੇਲਾਂ ਵੀ ਰੋਕੀਆਂ ਗਈਆਂ, ਅੱਜ ਭਾਜਪਾ ਦੇ ਲੀਡਰ ਘਰੋ ਵੀ ਕੀਤਾ ਜਾ ਰਿਹਾ, ਕਿਸ ਤਰ੍ਹਾਂ ਹੱਲ ਹੋਊਗਾ, ਕਿੱਦਾਂ ਤੁਸੀਂ ਸਰਕਾਰ ਤੋਂ ਉਮੀਦ ਰੱਖਦੇ ਹੋ? ਇਹ ਜਿਹੜਾ ਸਮੂਹ ਪ੍ਰੈਸ਼ਰ ਹੈ, ਜਿਹੜਾ ਜਦੋਂ ਕਿਸਾਨਾਂ ਦਾ ਵੱਡਾ ਪ੍ਰੈਸ਼ਰ ਹੋਣਾ ਹੈਗਾ ਸਰਕਾਰ 'ਤੇ, ਅਸੀਂ ਦਬਾਅ ਬਣਾਉਣਾ ਹੈਗਾ, ਪ੍ਰੈਸ਼ਰ ਬਣਾਉਣਾ ਹੈਗਾ। ਸਾਨੂੰ ਉਮੀਦ ਹੈ ਕਿ ਜਿਹੜੇ ਇਹ ਪ੍ਰੈਸ਼ਰ ਦੇ ਨਾਲ ਜਿਹੜੀਆਂ ਇਹ ਕਿਸਾਨੀ ਰਹਿੰਦੀਆਂ ਮੰਗਾਂ ਨੇ ਇਹ ਲਾਗੂ ਕਰਾਵਾਂਗੇ। ਜਿਵੇਂ ਕਿ ਪਹਿਲਾਂ ਜਿਹੜਾ ਪਿਛਲਾ ਦਿੱਲੀ ਅੰਦੋਲਨ ਚੱਲਿਆ ਸੀ ਉਹਦੇ 'ਚ MSP ਦੀ ਕਾਨੂੰਨੀ ਗਰੰਟੀ ਦਾ ਉਹਨਾਂ ਨੇ ਵਿਸ਼ਵਾਸ ਦਵਾਇਆ ਸੀ, ਕਮੇਟੀ ਬਣਾ ਦਿਆਂਗੇ, C2+ 'ਤੇ ਜਿਹੜੇ ਕਿਸਾਨਾਂ ਨੂੰ ਭਾਅ ਦੇਵਾਂਗੇ। ਲਖਮੀਪੁਰ ਖੀਰੀ ਦੇ ਜਿਹੜੇ ਸ਼ਹੀਦ ਹੋਏ ਸੀਗੇ, ਜਿਹੜੇ ਦੋਸ਼ੀਆਂ ਨੇ ਉਹਨਾਂ ਦਾ ਕਤਲ ਕੀਤਾ ਸੀ, ਉਹਨਾਂ ਨੂੰ ਸਜ਼ਾਵਾਂ ਦੇਵਾਂਗੇ। ਅਤੇ ਜਿਹੜਾ ਬਿਜਲੀ ਕਾਨੂੰਨ ਸੀਗਾ 2020 ਵੀ ਜਿਹੜਾ ਅਸੀਂ ਉਹ ਤੋਂ ਪਿੱਛੇ ਹਟਾਂਗੇ। ਪਰ ਉਹ ਜਿਹੜੇ ਲਾਰੇ ਨੇਗੇ, ਉਹ ਜਿਹੜੀਆਂ ਪੈਂਡਿੰਗ ਮੰਗਾਂ ਨੇ ਉਹਨਾਂ ਨੂੰ ਲੈ ਕੇ, ਸਾਡੀਆਂ ਕੁਛ ਕਿਸਾਨ ਜਥੇਬੰਦੀਆਂ ਉਸ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਕੂਚ ਕਰਨ ਜਾ ਰਹੀਆਂ ਸੀਗੀਆਂ, ਤਾਂ ਰਸਤੇ ਦੇ ਵਿੱਚ ਆ ਜਿਹੜਾ ਖੱਟੜ ਸਰਕਾਰ ਬੀਜੇਪੀ ਦੀ ਅਤੇ ਕੇਂਦਰ ਸਰਕਾਰ ਦੀ ਸ਼ਹਿ 'ਤੇ, ਉੱਥੇ ਕਿਸਾਨਾਂ 'ਤੇ ਵੱਡੀ ਪੱਧਰ 'ਤੇ ਤਸ਼ੱਦਦ ਹੋ ਰਿਹਾ, ਜ਼ਬਰ ਹੋ ਰਿਹਾ।
ਉੱਥੇ ਹਜ਼ਾਰਾਂ ਦੀ ਗਿਣਤੀ 'ਚ ਲੋਕ ਆ ਜਿਹੜੇ ਜ਼ਖਮੀ ਹੋ ਰਹੇ ਨੇ, ਕਿਸਾਨ ਸ਼ਹੀਦ ਵੀ ਹੋ ਗਿਆ, ਉੱਥੇ ਅੱਥਰੂ ਗੈਂ ਸਿੱਟੇ ਜਾ ਰਹੇ ਨੇਗੇ, ਉੱਥੇ ਜਿਹੜੀਆਂ ਦੂਜੀਆਂ ਮਤਲਬ 12 ਬੋਰ ਦੀਆਂ ਗੋਲੀਆਂ ਦੇ ਫਾਇਰ ਵੀ ਕਰਕੇ ਕਿਸਾਨਾਂ 'ਤੇ ਵੱਡਾ ਜ਼ਬਰ ਕੀਤਾ ਜਾ ਰਿਹਾ। ਉਸ ਦੇ ਵਿਰੋਧ ਦੇ ਵਿੱਚ ਅੱਜ ਅਸੀਂ ਭਾਰਤੀ ਕਿਸਾਨ ਯੂਨੀਅਨ ਸਾਡੇ ਸੂਬੇ ਦੇ ਆਗੂਆਂ ਨੇ ਕੱਲ੍ਹ ਐਮਰਜੈਂਸੀ ਮੀਟਿੰਗ ਕਰਕੇ ਸਰਕਾਰ ਦਾ ਵਿਰੋਧ ਕਰਨ ਦੇ ਲਈ ਪੰਜਾਬ ਦੇ ਵਿੱਚ ਤਿੰਨ ਆਗੂਆਂ ਦੇ ਘਰਾਂ ਦੇ ਅੱਗੇ 2 ਰੋਜ਼ਾ ਜਿਹੜਾ ਹੈਗਾ ਉਹ ਧਰਨੇ ਦੇ ਰਹੇ ਹਾਂ ਰੋਸ ਦੇ ਵਜੋਂ। ਸੁਰੀਰ ਜਾਖੜ ਦੇ ਕੈਪਟਨ ਅਮਰਿੰਦਰ ਸਿੰਘ ਦੇ ਅਤੇ ਅਸੀਂ ਅੱਜ ਕੇਵਲ ਢਿੱਲੋਂ ਦੇ ਬਾਰ ਕੇ ਬੈਠੇ ਹਾਂ ਅਤੇ ਸਾਰੇ ਪੰਜਾਬ ਦੇ ਜਿਹੜੇ ਟੋਲ ਪਲਾਜ਼ੇ ਉਹ ਫਰੀ ਕੀਤੇ ਗਏ ਨੇਗੇ। ਇਹ ਸਾਨੂੰ ਉਮੀਦ ਹੈਗੀ ਵੀ ਜਿੰਨੇ ਲੋਕ ਅਸੀਂ ਲੋਕਾਂ ਨੂੰ 4 ਦਿਨਾਂ 'ਚ ਜਾਂ 5 ਦਿਨਾਂ 'ਚ ਜਾਗਰੂਕ ਕਰਕੇ ਦਿੱਲੀ ਦੇ ਵੱਲ ਕੱਲ੍ਹ ਨੂੰ ਸੰਯੁਕਤ 18 ਤਰੀਕ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੈ ਉਹਦੇ ਵਿੱਚ ਕੀ ਤਿੱਖਾ ਐਕਸ਼ਨ ਆਉਂਦਾ ਹੈਗਾ, ਉਹਦੇ 'ਤੇ ਮਤਲਬ ਕੀ ਕਰਨਾ ਹੈਗਾ, ਉਸ ਨੂੰ ਸੋਚ ਸਮਝ ਕੇ ਅੱਗੇ ਆ ਜਿਹੜੀ ਰਣਨੀਤੀ ਤਿਆਰ ਹੋ ਰਹੀ ਹੈਗੀ ਤਾਂ ਕਿ ਅਸੀਂ ਇਹ ਰਹਿੰਦੀਆਂ ਜਿਹੜੀਆਂ ਕਿਸਾਨੀ ਮੰਗਾਂ ਹੈਗੀਆਂ ਇਹਨਾਂ ਨੂੰ ਮਨਵਾਉਣ ਦੇ ਲਈ ਦਿੱਲੀ ਵੱਲ ਜਾਵਾਂਗੇ। ਉਹ ਫੈਸਲਾ ਜਿਹੜਾ ਉਹ 18 ਤਰੀਕ ਨੂੰ SKM ਵੱਲੋਂ ਜੋ ਆਊਗਾ ਉਸ ਨੂੰ ਇੰਨ ਮਿੰਨ ਲਾਗੂ ਕਰਾਂਗੇ। ਸਾਡੇ ਨਾਲ ਹੋਰ ਵੀ ਆਗੂ ਨੇ, ਉਹਨਾਂ ਨੇ ਵੀ ਗੱਲ ਕਰੀ, ਕੀ ਨਾਮ ਤੁਹਾਡਾ? ਇੰਦਰਜੀਤ ਸਿੰਘ ਚੱਪਲ। ਇੰਦਰਜੀਤ ਜੀ, ਜੇ ਗੱਲ ਕਰੀਏ ਅੱਜ ਦੇ ਲੋਕ ਨੇ ਅੱਜ ਕਿਸਾਨ ਪਹੁੰਚੇ ਕਿੱਥੋਂ ਕਿੱਥੋਂ ਪਹੁੰਚੇ ਨੇ, ਕਿਸ ਲੈਵਲ 'ਤੇ ਅੱਜ ਇਹ ਘੱਟ ਰੱਖਿਆ ਗਿਆ? ਇਹ ਸਾਡੇ 2 ਜ਼ਿਲ੍ਹਿਆਂ ਦੀ ਡਿਊਟੀ ਲੱਗੀ ਸੀ ਇੱਥੇ ਕੇਵਲ ਢਿੱਲੋਂ ਦੇ ਬਾਰ 'ਚ ਬੈਠਾ, ਬਰਨਾਲਾ ਜ਼ਿਲ੍ਹਾ ਅਤੇ ਮਾਨਸਾ ਜ਼ਿਲ੍ਹਾ, ਬਾਕੀ ਜ਼ਿਲ੍ਹਿਆਂ ਦੀ ਵੱਖ ਵੱਖ ਡਿਊਟੀ ਲੱਗੀ ਹੈ। ਕੋਈ ਸੁਨੀਲ ਜਾਖੜ ਦੇ ਬਾਰ 'ਚ ਗਏ, ਕੋਈ ਕਿਤੇ ਗਏ ਹੈ, ਸੂਬਾ ਲੀਡਰਸ਼ਿਪ ਮੰਗਾਂ ਆਪਣਾ ਇਹਦੇ ਵਿੱਚ ਮੀਟਿੰਗਾਂ ਦੇ ਵਿੱਚ ਰੁੱਝੀ ਹੋਈ ਹੈਗੀ। ਇਸ ਕਰਕੇ ਅਸੀਂ ਅੱਜ ਬੈਠੇ ਹਾਂ, 2 ਜ਼ਿਲ੍ਹੇ ਬੈਠਾਂਗੇ, 2 ਦਿਨ ਬੈਠਾਂਗੇ, ਅੱਜ ਰਾਤ ਅਤੇ ਕੱਲ੍ਹ ਦਾ ਦਿਨ। ਅਗਲਾ ਫਿਰ ਪ੍ਰੋਗਰਾਮ ਜਿਹੜਾ ਜੋ ਸੂਬਾ ਕਮੇਟੀ ਬਣਵਾਊਗਾ ਉਹਦੇ ਮੁਤਾਬਕ ਚੱਲੂਗਾ। ਇਹ ਸੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜਥੇਬੰਦੀ ਦੇ ਆਗੂ, ਜਿਨ੍ਹਾਂ ਦਾ ਕਹਿਣਾ ਕਿ ਸਾਡਾ 2 ਦਿਨਾਂ ਵਾਸਤੇ ਇਹ ਘਰੋ ਕੀਤਾ ਗਿਆ ਹੈ ਭਾਜਪਾ ਦੇ ਆਗੂ ਦੀ ਕੋਠੀਆਂ ਦਾ। ਇਹ ਬਰਨਾਲਾ ਹੋਇਆ ਜਾਂ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦਾ ਕਰੋ ਜਾਂ ਸੁਨੀਲ ਜਾਖੜ ਦੀ ਕੋਠੀ ਦਾ ਕਰੋ, ਇਹਦੇ ਨਾਲ ਇਲਾਵਾ ਜਿਹੜੇ ਟੋਲ ਨੇ ਉਹ ਵੀ ਫਰੀ ਕੀਤੇ ਗਏ ਨੇ 2 ਦਿਨਾਂ ਵਾਸਤੇ। ਕੱਲ੍ਹ ਮੀਟਿੰਗ ਹੋਊਗੀ, ਅਗਲਾ ਫੈਸਲਾ ਆਊਗਾ, ਉਸ ਫੈਸਲੇ ਮੁਤਾਬਕ ਅਗਲਾ ਸੰਘਰਸ਼ ਦੇ ਜਿਹੜਾ ਪ੍ਰੋਟੈਸਟ ਕੀਤਾ ਜਾਊਗਾ। ਇਹ ਪ੍ਰੋਟੈਸਟ ਹੈਗਾ ਜਿਹੜਾ ਕਿਸਾਨੀ ਮੰਗਾਂ ਨੂੰ ਲੈ ਕੇ ਗੈਰ ਰਾਜਨੀਤਿਕ SKM ਦੇ ਜਿਹੜੇ ਕਿਸਾਨ ਨੇਗੇ, ਕੁਛ ਜਥੇਬੰਦੀਆਂ ਜਿਹੜੀਆਂ ਕਿਸਾਨਾਂ ਦੀਆਂ ਸਾਂਝੀਆਂ ਮੰਗਾਂ ਨੇ, ਉਹਨਾਂ ਨੂੰ ਲੈ ਕੇ ਉਹ ਦਿੱਲੀ ਵੱਲ ਕੂਚ ਕਰਨ ਗਏ ਸੀਗੇ। ਜਦੋਂ ਉਹਨਾਂ ਨੂੰ ਦਿੱਲੀ ਤੱਕ ਹੀ ਉਹਨਾਂ ਨੇ ਹਰਿਆਣੇ ਦੇ ਵਿੱਚ ਹੀ ਐਡੀਆਂ ਸਖ਼ਤ ਕੰਧਾਂ ਕੱਢਤੀਆਂ ਕਿ ਉਹਨਾਂ ਨੂੰ ਹਰਿਆਣੇ ਰਾਹੀਂ ਵੀ ਇੰਟਰ ਨਹੀਂ ਹੋਣ ਦਿੱਤਾ। ਸਰਕਾਰ ਉਸ 'ਤੇ ਤਸ਼ੱਦਦ ਕਰ ਰਹੀ ਹੈ। ਇਹ BJP ਦੀ ਕੇਂਦਰ ਸਰਕਾਰ ਨੂੰ ਸਬਕ ਸਿਖਾਉਣ ਦੇ ਲਈ ਅੱਜ ਉਹਦੇ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਉਹਦੇ ਵੱਡੇ ਲੀਡਰ ਨੇਗੇ, ਸੁਨੀਲ ਜਾਖੜ ਪੰਜਾਬ ਦਾ ਪ੍ਰਧਾਨ ਹੈ, ਕੈਪਟਨ ਅਮਰਿੰਦਰ ਸਿੰਘ ਅਤੇ ਕੇਵਲ ਢਿੱਲੋਂ ਦੇ ਬਾਹਰ ਗਏ, ਅੱਜ BJP ਦੇ ਜਿਹੜੇ ਮੇਨ ਆਗੂ ਨੇਗੇ ਉਹਨਾਂ ਦੇ ਘਰਾਂ ਦੇ ਬਾਹਰ ਗਏ, ਰੋਸ ਪ੍ਰਦਰਸ਼ਨ ਕਰ ਰਹੇ ਹਾਂ ਅਸੀਂ ਭਾਰਤੀ ਕਿਸਾਨ ਯੂਨੀਅਨ ਏਕਤਾ ਅਗਰਾਹਾਂ ਵੱਲੋਂ। ਕਦੋਂ ਤੱਕ ਜਾਰੀ ਰਹੂਗਾ? ਇਹ ਜਿਹੜਾ ਹੈਗਾ ਗਾ ਫਿਲਹਾਲ ਹੈਗਾ ਜਿਹੜਾ ਹੁਣ ਕੱਲ੍ਹ ਐਮਰਜੈਂਸੀ ਮੀਟਿੰਗ ਕਰਕੇ ਹੀ ਸਾਡੇ ਸੂਬਾ ਪ੍ਰਧਾਨ ਨੇ ਐਲਾਨ ਕੀਤਾ ਸੀਗਾ ਕਿ ਜਿਹੜੇ ਪੰਜਾਬ ਦੇ ਸਾਰੇ ਟੋਲ ਪਲਾਜ਼ੇ ਫਰੀ ਕੀਤੇ ਜਾਣਗੇ ਅਤੇ ਇਹਨਾਂ ਜਿਹੜੇ 3 ਲੀਡਰਾਂ ਦੇ ਜਿਹੜਾ ਗੇਟਾਂ ਦੇ ਅੱਗੇ ਆ ਜਿਹੜਾ ਦਿਨ ਰਾਤ ਦਾ 2 ਦਿਨਾਂ ਦਾ ਜਿਹੜਾ ਹੈਗਾ ਇਹ ਰੋਸ ਪ੍ਰਦਰਸ਼ਨ ਕਰਾਂਗੇ। ਇਹ ਪਿਛਲੇ ਸਮੇਂ ਦੇ ਵਿੱਚ ਜੋ ਦਿੱਲੀ ਦੇ ਵਿੱਚ ਕਾਲੇ ਕਾਨੂੰਨ ਲੈ ਕੇ ਆਈ ਸੀ ਮੋਦੀ ਸਰਕਾਰ ਆ, ਉਦੋਂ 13 ਮਹੀਨੇ ਮੋਰਚਾ ਚੱਲਿਆ ਸੀ ਅਤੇ ਉਹ ਕਾਲੇ ਕਾਨੂੰਨ ਸੀ ਜਿਹੜੇ ਉਹ ਤਾਂ ਨੋਟੀਫਿਕੇਸ਼ਨ ਰੱਦ ਕਰਵਾ ਲਿਆ ਸੀਗਾ, ਪਰ ਕੁਛ ਮੰਗਾਂ ਜਿਹੜੀਆਂ ਸੀਗੀਆਂ ਘੋਲ ਦੇ ਵਿੱਚੋਂ ਨਿਕਲੀਆਂ ਮੰਗਾਂ, ਵੀ ਜਿਵੇਂ ਪੱਤਰਕਾਰਾਂ ਦਾ ਕਤਲ ਕੀਤਾ ਸੀ, ਕਿਸਾਨਾਂ ਦਾ ਕਤਲ ਕੀਤਾ ਸੀ ਉਹਨਾਂ ਦੇ ਆਗੂਆਂ ਨੇ BJP ਦੇ ਨੇ, ਅਤੇ ਨਾਲ ਮਤਲਬ ਵੀ ਜਾਣੀ ਜਿਹੜੇ 750 ਕਿਸਾਨ ਸ਼ਹੀਦ ਹੋਏ ਸੀਗੇ ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣਾ, ਉਹਨਾਂ ਦੀ ਯਾਦ ਬਣਾਉਣਾ, ਅਤੇ ਨਾਲ MSP ਵਾਲਾ ਕਾਨੂੰਨ ਆ ਜਿਹੜਾ ਉਹ ਗਰੰਟੀ ਕਾਨੂੰਨ ਉਹ, ਅਤੇ ਨਾਲ ਹੀ ਮਤਲਬ ਜਿਹੜਾ ਬਿਜਲੀ ਐਕਟ 2020 ਦਾ ਇਹਨਾਂ ਦੀ ਕਮੇਟੀ ਬਣਾਤੀ ਸੀ, ਕਹਿੰਦੇ ਬਾਅਦ 'ਚ ਕਰਾਂਗੇ, ਪਰ ਉਹ ਕਮੇਟੀ ਕਮੂਟੀ ਦਾ ਕੋਈ ਪਤਾ ਨਹੀਂ ਲੱਗਿਆ ਕਿੱਧਰ ਗਈ ਕਿੱਧਰ ਨਾ ਗਈ। ਉਹ ਮੰਗਾਂ ਵਿੱਚ ਹੀ ਹੈ ਹੁਣ ਜਾਣੀ ਇੱਧਰ ਆ ਕੇ ਦਿੱਲੀ ਮੋਰਚੇ ਤੋਂ ਬਾਅਦ ਜਿਹੜਾ ਸੰਯੁਕਤ ਕਿਸਾਨ ਮੋਰਚਾ ਸੀ ਉਹਦੇ 'ਚੋਂ ਕੁਛ ਜਥੇਬੰਦੀਆਂ ਨਿਕਲ ਕੇ ਉਹਨਾਂ ਨੇ ਅੱਡ ਵੱਖਰਾ ਆਪਦਾ ਗੈਰ ਸਿਆਸੀ ਸੰਯੁਕਤ ਮੋਰਚਾ ਬਣਾ ਲਿਆ। ਉਹ ਜਥੇਬੰਦੀਆਂ 13 ਫਰਵਰੀ ਨੂੰ
ਦਿੱਲੀ ਵੱਲ ਕੂਚ ਕੀਤਾ ਸੀ ਆਹ ਮੰਗਾਂ ਮਨਾਉਣ ਲਈ, ਪਰ ਪੰਜਾਬ ਦੇ ਬਾਰਡਰ 'ਤੇ ਹੀ ਉਹਨਾਂ ਨੂੰ ਹਰਿਆਣੇ ਦੀ ਸਰਕਾਰ ਨੇ ਰੋਕਿਆ ਹੋਇਆ। ਬਹੁਤ ਭੈੜਾ ਉਹਨਾਂ ਦੇ ਉੱਤੇ ਤਸ਼ੱਦਦ ਕੀਤਾ ਜਾ ਰਿਹਾ। ਇੱਥੋਂ ਤੱਕ SLR ਦੇ ਕਾਰਤੂਸ ਵੀ ਮਿਲਿਆ ਤੁਹਾਡੇ ਪੱਤਰਕਾਰਾਂ ਦੇ ਮਾਧਿਅਮ ਰਾਹੀਂ ਪਤਾ ਲੱਗਿਆ ਹੈਗਾ, ਅਤੇ ਨਾਲ ਦੀ ਨਾਲ ਇੱਕ ਬੰਦਾ ਵੀ ਸ਼ਹੀਦ ਹੋ ਗਿਆ ਕਿਸਾਨ ਆ, ਇੱਕ ਦੀਆਂ ਅੱਖਾਂ ਜੰਮੀਆਂ ਰਹੀਆਂ, 60 ਤੋਂ ਉੱਪਰ ਫੱਟੜ ਹੋ ਗਏ ਹੈ। ਯਾਨੀ ਇਹ ਸਾਰਾ ਕੁਛ ਹਰਿਆਣੇ ਵੱਲੋਂ ਕੀਤਾ ਜਾ ਰਿਹਾ, ਮੋਦੀ ਸਰਕਾਰ ਵੱਲੋਂ, BJP ਵੱਲੋਂ, ਖੱਟਰ ਵੱਲੋਂ ਕੀਤਾ ਰਿਹਾ। ਅਤੇ ਦੁੱਖ ਦੀ ਗੱਲ ਇਹ ਹੈ ਕਿ ਪੰਜਾਬ ਸਰਕਾਰ ਜਿੱਥੇ ਕਹਿੰਦੀ ਅਸੀਂ ਕਿਸਾਨਾਂ ਨਾਲ ਖੜ੍ਹਦੇ ਹਾਂ, ਪਰ ਉਹਨਾਂ ਨੂੰ ਪੰਜਾਬ ਦੀ ਹੱਦ ਦੇ ਵਿੱਚ ਗੋਲਾਂ 'ਚ ਲੈਣਾ ਪੈਂਦਾ, ਉਹ ਰੋਕ ਨਹੀਂ ਰਹੀ। ਇਕੱਲਾ ਪਟਿਆਲੇ ਦੇ DC ਨੇ ਕਿਹੜਾ ਲਿਖ ਕੇ ਕਹਿਤਾ ਇੰਨੇ ਨਾਲ ਮਸਲਾ ਹੱਲ ਨਹੀਂ ਹੋਣਾ। ਅੱਜ ਅਸੀਂ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਵੱਲੋਂ ਉਹਨਾਂ ਦੇ ਰੋਸ ਵਜੋਂ, ਤਾਂ ਕਿ ਮਸਲੇ ਦਾ ਹੱਲ ਕਰੇ ਸਰਕਾਰ, BJP ਦੇ 3 ਅਧਿਕਸ਼ ਆਗੂ ਆ ਜਿਹੜੇ, ਉਹਨਾਂ ਦੇ 12 ਦੇ ਵਿੱਚ ਜਿਹਦੀ ਲੜੀ ਵਜੋਂ ਅੱਜ ਅਸੀਂ ਕੇਵਲ ਢਿੱਲੋਂ ਦੇ ਬਾਅਦ ਦੇ ਵਿੱਚ ਬਰਨਾਲੇ ਦੇ ਵਿੱਚ ਧਰਨਾ ਦਿੱਤਾ ਭਾਰਤੀ ਕਿਸਾਨ ਯੂਨੀਅਨ ਏਕਤਾ ਅਗਰਾਹਾਂ ਵੱਲੋਂ। ਇਹ ਧਰਨਾ 2 ਦਿਨ ਚੱਲੂਗਾ, 18 ਤਰੀਕ ਨੂੰ ਸੰਯੁਕਤ ਮੋਰਚੇ ਦੀ ਮੀਟਿੰਗ ਹੋਊ। ਅਗਲਾ ਪ੍ਰੋਗਰਾਮ ਹੈ ਕੀ ਹੈ, ਇਹ ਹੈ ਸਾਡੀਆਂ ਇਹ ਮੰਗਾਂ ਹੈ ਕਿ ਇਹ ਸਰਕਾਰ ਉਹਨਾਂ ਮੰਗਾਂ ਨੂੰ ਮੰਨੇ, ਤਾਂ ਕਿ ਮਤਲਬ ਵੀ ਜਾਣੀ ਜਿਹੜਾ ਹੈਗਾ ਅਸੀਂ ਉਹ ਧਰਨੇ ਸਮਾਪਤ ਕਰੀਏ, ਨਹੀਂ ਅਸੀਂ ਸੰਘਰਸ਼ ਤਿੱਖਾ ਕਰਾਂਗੇ। ਜਿਹੜਾ ਅੱਜ ਦਾ ਧਰਨਾ ਹੈ ਇਹ ਦਿਨ ਰਾਤ ਦਾ ਧਰਨਾ ਹੈ, ਕੱਲ੍ਹ ਨੂੰ ਸ਼ਾਮ ਨੂੰ ਅਸੀਂ ਖਤਮ ਕਰਨਾ ਹੈ। ਦਿਨ ਰਾਤ ਅਸੀਂ ਇਹਦੇ BJP ਦੇ ਜਿਹੜੇ 3 ਵੱਡੇ ਲੀਡਰ ਨੇ ਉਹਨਾਂ ਦੇ 12 ਦੇ ਵਿੱਚ VKU ਗ੍ਰਾਹਾਂ ਵੱਲੋਂ ਬੈਠਣ ਦਾ ਫੈਸਲਾ ਕੀਤਾ ਗਿਆ, ਅਤੇ ਸਾਰੇ ਪੰਜਾਬ ਦੇ ਜਿਹੜੇ ਟੋਲ ਪਲਾਜ਼ੇ ਨੇ ਉਹ ਵੀ ਸਾਡੀ ਜਥੇਬੰਦੀ ਵੱਲੋਂ ਪੂਰੇ ਤੌਰ 'ਤੇ ਕੱਲ੍ਹ ਸ਼ਾਮ ਤੱਕ ਫਰੀ ਰਹਿਣਗੇ। ਕਿਉਂਕਿ ਜੋ ਕਿਸਾਨ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਕੂਚ ਕੀਤਾ ਸੀ 13 ਤਰੀਕ ਨੂੰ, ਜਿਹੜੀਆਂ ਸਾਰਿਆਂ ਦੀਆਂ ਸਾਡੀਆਂ ਸਾਂਝੀਆਂ ਮੰਗਾਂ ਨੇ, ਉਹ ਮੰਗਾਂ ਤਾਂ ਪੂਰੀਆਂ ਕੀ ਕਰਨੀਆਂ ਸੀ, ਦਿੱਲੀ ਦਾ ਕੀ ਜਾਣ ਦੇਣਾ ਸੀ, ਪਰ ਖੱਟਰ ਸਰਕਾਰ ਨੇ ਮੋਦੀ ਸਰਕਾਰ ਨੂੰ ਦੇ ਹਸ਼ਿਆਰੇ 'ਤੇ ਵੱਡੀਆਂ ਵੱਡੀਆਂ ਕੰਧਾਂ ਕੱਢ ਦਿੱਤੀਆਂ ਗਈਆਂ, ਤਾਰਾਂ ਲਾ ਦਿੱਤੀਆਂ ਗਈਆਂ, ਜਿਵੇਂ ਕਿ ਗੁਆਂਢੀ ਦੇਸ਼ ਤੋਂ ਕਹਿ ਲਈਏ ਜਾਂ ਕਿਸੇ ਦੁਸ਼ਮਣ ਦੇਸ਼ ਤੋਂ ਕਿਸਾਨ ਆਏ ਹੋਣ। ਸਾਨੂੰ ਇਸ ਗੱਲ ਦਾ ਪੂਰਾ ਰੋਸਾ ਹੈ ਵੀ ਕਿਸਾਨਾਂ ਦੇ ਉੱਤੇ ਅੱਤਿਆਚਾਰ ਵੀ ਕੀਤਾ ਗਿਆ, ਲਾਠੀਚਾਰਜ ਕੀਤਾ ਗਿਆ, ਅੱਥਰੂ ਗੈਸ ਦੇ ਗੋਲੇ ਤੱਕ ਸੁੱਟੇ ਗਏ ਨੇ। ਜਿਹੜੇ ਮੋਦੀ ਕਹਿੰਦਾ ਵੀ ਅਸੀਂ 140 ਕਰੋੜ ਲੋਕ ਵੋਟ ਕਰਦੇ ਹਾਂ, ਸਭ ਤੋਂ ਵੱਡਾ ਲੋਕਤੰਤਰ ਆ ਸਾਡਾ, ਪਰ ਕਿਵੇਂ ਨੇ ਜਮਹੂਰੀਅਤ ਦੀਆਂ ਘਾਣ ਕੀਤਾ, ਇਹਦੇ ਵਿਰੋਧ ਵਜੋਂ ਅੱਜ ਅਸੀਂ ਇਹਨਾਂ ਦੇ ਵਾਰ ਦੇ ਵਿੱਚ ਆਏ ਹਾਂ। ਅੱਜ ਅਸੀਂ ਇਹ ਕੇਵਲ ਢਿੱਲੋਂ ਦਾ ਵਾਰ ਆ ਜਿਹੜਾ ਇਹ ਬਰਨਾਲੇ ਦੇ ਵਿੱਚ ਘੇਰਿਆ, ਪਟਿਆਲੇ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਜੋ ਸਾਬਕਾ ਮੁੱਖ ਮੰਤਰੀ ਹੈ ਉਹਦੇ ਵਾਰ 'ਚ ਬੈਠੇ ਹੈ, ਫਾਜ਼ਿਲਕਾ ਜੋ ਇਹਨਾਂ ਦਾ ਪ੍ਰਦੇਸ਼ ਦਾ ਅਧਿਅਕਸ਼ ਹੈ ਸੁਨੀਲ ਜਾਖੜ ਉਹਦੇ ਵਾਰ ਦੇ ਵਿੱਚ ਅਸੀਂ ਬੈਠੇ ਹੋਏ ਹਾਂ। ਸਾਰੇ ਟੋਲ ਪਲਾਜ਼ੇ ਨੇ ਜਿਹੜੇ ਪੰਜਾਬ ਦੇ ਉਹ ਕੱਲ੍ਹ ਸ਼ਾਮ ਤੱਕ ਫਰੀ ਰਹਿਣਗੇ। ਫਿਰ ਕੱਲ੍ਹ ਨੂੰ ਸ਼ਾਮ ਨੂੰ ਸੰਯੁਕਤ ਮੋਰਚੇ ਦੀ ਮੀਟਿੰਗ ਹੈ, ਅਸੀਂ ਸੰਯੁਕਤ ਮੋਰਚੇ ਦਾ ਹਿੱਸਾ ਹੈਗੇ। ਜੋ ਵੀ ਸੰਯੁਕਤ ਮੋਰਚੇ ਦੇ ਵਿੱਚ ਫੈਸਲਾ ਆਊਗਾ, ਅਗਲਾ ਐਲਾਨ ਸਾਡੀ ਸੂਬਾ ਕਮੇਟੀ, ਸੰਯੁਕਤ ਮੋਰਚਾ ਜੋ ਵੀ ਐਲਾਨ ਕਰੂਗਾ ਉਹਨੂੰ ਅਸੀਂ ਲਾਗੂ ਕਰਾਂਗੇ।